ਜੋ ਆਕਾਸ਼ਵਾਣੀ ਜੰਮੂ ਹੈ ਅਮੀਨ ਅੰਜਮ ਤੇ ਖਬਰ ਸੁਣੋ ਵਰ ਉਸ ਤੇ ਪਹਿਲਾਂ ਇਹ ਅਪੀਲ ਭਾਰਤ ਨੇ 150 ਕਰੋੜ ਟੀਕਾ ਕਾਰੀ ਹਦਫ ਪਾਰ ਕਰ ਲਿਓ ਵਰ ਨਾਲ ਹੀ ਕਰੋਨਾ ਵਬਾ ਦੀ ਨਵੀਂ ਕਿਸਮ ਕੋ ਖਤਰੋ ਵੀ ਦਰਪੇਸ਼ ਹੈ ਇਸ ਸੂਰਤ ਹਾਲ ਮਾ ਹਮ ਆਪਣਾ ਸਾਮੀਨ ਅਪੀਲ ਕਰਾਂ ਜੇ ਵੀ ਕੋਵਿਡ ਮੁਖਾਲਫ ਟੀਕਾ ਲਵਾਵੇ ਨਾਲੇ 15 ਤੇ 18 ਬਰਾਂ ਦੀ ਉਮਰ ਦਾ ਬੱਚਾ ਨਾ ਟੀਕਾ ਲਵਾਣ ਮਾ ਮਦਦ ਕਰੇ ਇਸ ਜ਼ਮਨ ਮਾ ਬੱਚਾਂ ਦੀ ਟੀਕਾਕਾਰੀ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਨਾਲ ਇhtiyati ਚਾਰਾਂ ਵਰ ਅਮਲ जारी रखो मास्क को इस्तेमाल करो दो गज़ की महफूज दूरी बरकरार रखो ते सफाई को खास ख्याल करो कोविड उन्नीस बारे कोई गल वास्ते फोन करो नंबर इस तरह सिफर एक एक दो त्रै नौ सत अठ सिफर चार छे और एक सिफर सत पज खबर ਵਜ਼ੀਰ ਆਜ਼ਮ ਨਿੰਦਰ ਮੋਦੀ ਨੇ ਕਿਹਾ ਜੇ ਪਿੱਛੇ ਰਹਿ ਚੁੱਕਾ ਜ਼ਿਲ੍ਹਾ ਮੁਲਕ ਦੀ ਤਰੱਕੀ ਮਾ ਰੁਕਾਵਟਾਂ ਤੇ ਇਨ ਜ਼ਿਲ੍ਹਾ ਮਾ ਹੋਣ ਤਾਰੀਖ ਬਣਾਈ ਜਾ ਰਹੀ ਹੈ ਕੱਲ ਵੀਡੀਓ ਕਾਨਫਰੈਂਸਿੰਗ ਹੈ ਜ਼ਰੀਆ ਮੁਲਕ ਦਾ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲ ਕਰਤਾ ਵਾ ਉਹਨਾਂ ਨੇ ਕਿਹਾ ਜੇ ਇਹ ਜ਼ਿਲ੍ਹਾ ਹੋਣ ਤਰੱਕੀ ਨਾ ਰਫ਼ਤਾਰ ਦੇ ਰਹੀਆਂ ਹੈ जना मोदी ਨੇ ਕਿਹਾ ਜੀ ਇੰਤਜ਼ਾਮੀਆਂ ਤੇ ਲੋਕਾਂ ਵਿਚਕਾਰ ਇੱਕ ਬਰਾਹਰਾਸਤ ਰابطੋ ਮਜ਼ਕੂਰਾ ਜ਼ਿਲਾਂ ਦੀ ਤਰੱਕੀ ਵਾਸਤੇ ਜ਼ਰੂਰੀ ਹੈ ਵਜ਼ੀਰ ਆਜ਼ਮ ਨੇ ਅੰਦਰ ਮੋਦੀ ਨੇ ਕਿਹਾ ਜੇ ਟੈਕਨੋਲੋਜੀ ਤੇ ਅਜਾਦ ਇਸ ਮੋਹਿਮ ਕੋ ਅਹਿਮ ਪਹਿਲੂ ਹੈ ਵਜ਼ੀਰ ਆਜ਼ਮ ਨੇ ਕਿਹਾ ਜੋ ਪਿਛਲਾ 4 ਬਰ੍ਹਾਂ ਮਾ ਮੁਲਕ ਦਾ ਤਕਰੀਬਨ ਹਰ ਪਿਛੜਿਆ ਜ਼ਿਲ੍ਹਾ ਮਾ ਜਨਦਨ ਖਾਤਾ ਮਾ 4 ਤੇ 5 ਗੁਣਾ ਵੱਧ ਤੋਂ ਵੱਧ ਕਿਉਗੇ ਹੋਏ ਉਹਨਾਂ ਨੇ ਕਿਹਾ ਜੀ ਤਕਰੀਬਨ ਹਰ ਕੁੰਬਾ ਕੋਲ ਇਸ ਵੇਲੇ ਗੁਸਲਖਾਨੋ ਹੈ ਤੇ ਬਿਜਲੀ ਹਰ ਗ੍ਰਾਂ ਤੱਕ ਪਹੁੰਚ ਗਈ ਉਹਨਾਂ ਨੇ ਕਿਹਾ ਜੀ ਮੁਲਕ ਡਿਜੀਟਲ ਇੰਡੀਆ ਦੀ ਸੂਰਤ ਮਾ ਇੱਕ ਖਾਮੋਸ਼ ਇਨਕਲਾਬ ਦੇਖ ਰਹੇ ਹੋ ਹੈ ਵਜ਼ੀਰ-ਏ-ਦਾਖਲਾ ਮੀਤ ਸ਼ਾਹ ਨੇ ਕਿਹਾ ਜੀ ਅਗਲਾ ਚੰਦ ਬਰਮਾ ਜੰਮੂ ਕਸ਼ਮੀਰ ਦੇ ਅੰਦਰ 50000 ਕਰੋੜ ਰੁਪਈਆ ਦੀ سرمایہ کاری ਵਾਗੀ ਤੇ ਇਸ سلسلہ ਮਾ 12000 ਕਰੋੜ ਰੁਪਈਆ ਦਾ ਇਕਰਾਰਨਾਮਾ ਪਹਿਲਾਂ ਹੀ ਹੋ ਚੁੱਕਾ ਹੈ ਕੱਲ ਵਰਚੁਅਲ ਤਰੀਕਾ ਨਾਲ ਡੀ ਜੀ ਜੀ ਆਈ ਦੀ ਸ਼ੁਰੂਆਤ ਕਰਤਾ ਮੈਂ ਉਹਨਾਂ ਨੇ ਕਿਹਾ ਜੇ तमाम ਸਰਮਾਇਕਾਰੀਆਂ ਦੀ ਮਦਦ ਨਾਲ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੌਕਾ ਮਿਲੇਗਾ ਜਨਾਬ ਸ਼ਾਹ ਨੇ ਕਿਹਾ ਜੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਸੰਤੀ ਪਾਲਿਸੀ ਜੰਮੂ ਕਸ਼ਮੀਰ ਵਾਸਤੇ ਤਿਆਰ ਕੀਤੀ ਹੈ ਜਿਸ ਦੇ ਤਹਿਤ ਜੰਮੂ ਕਸ਼ਮੀਰ ਮਾ 50000 ਕਰੋੜ ਰੁਪਈਆ ਦੀ ਸਰਮਾਇਕਾਰੀ ਹੋਣ ਵਾਲੀ ਹੈ ਜ਼ਿਲ੍ਹਾ ਸ਼ਤਾਬੁਰ ਬਿਹਤਰ ਸਰਕਾਰ ਬਾਰੇ ਕੱਲ ਵਜ਼ੀਰੇ ਦਾਖਲਾ ਅਮਤੀਸ਼ਾ ਨੇ ਪਹਿਲੀ ਡੀਜੀਜੀਆਈ ਦਰਜਾ ਜਾਰੀ ਕਿਓ ਵਜ਼ੀਰੇ ਦਾਖਲਾ ਨੇ ਵਰਚੁਅਲ ਤਰੀਕਾ ਨਾਲ ਦੱਸਿਓ ਹੈ ਕਿ ਜੰਮੂ ਜ਼ਿਲ੍ਹਾ ਨੇ ਪਹਿਲਾ ਦਰਜਾ ਹਾਸਲ ਕਿਓ ਹੈ ਜਦਕਿ ਇਸ ਤੋਂ ਬਾਅਦ ਡੋਡਾ ਸੰਬਾ ਪਲਵਾਮਾ ਤੇ ਫਿਰ ਸ਼ਿਰਨਗਰ ਨੇ ਡੀਜੀਜੀਆਈ ਦਰਜਾ ਹਾਸਲ ਕਿਓ ਇਸ سلسلےမှာ ਮਜਮੂਈ ਤੌਰ 'ਤੇ ਅਨਤਨਾਗ ਨੇ 7ਵਾਂ ਬਾਰਾਮੁੱਲਾ ਨੇ 8ਵਾਂ ਕਠੂਆ ਨੇ 9ਵਾਂ ਕਪਵਾਰਾ ਨੇ 10ਵਾਂ ਜਦਕਿ ਕਸ਼ਤਵਾਰ ਨੇ ारहवें नंबर हासिल किया है इसने बाद का नंबर पर आने वाला ज़िला बड़गाम उधमपुर रियासी बांडीपुर रामबन कुलगाम शोपिया पुंछते राजौरी ज़िलों शामिल हैं नेताजी सुभाष चंद्र बोस को जन्म त्याड़ो मनाने का सिस्लमा कौम आज पराक्रम दिवस मना रही है इस सिसमा वजीर एजम नरेंद्र मोदी अज शाम वे इंडिया गेट पर नेताजी का होलोग्राम मुजसमा की नकाब कुशाई करेगा यो मुजस्मो पुराना मुजस्मा की जगह लाया जाएगा इस जिमन का मुजस्मा की ऊंचाई ठाई फुट जद चौड़ाई छे फुट होगी प्रोग्राम के दौरान वजीर अजम मुजाहिद आज़ादी सुभाष चंद्र बोस ना आपदा प्रबंधन इनाम देगा यो इनाम साल दो हजार 19 2020 2021 2021 ਤੇ 2021 22 ਵਸਤੇ ਦਿੱਤਾ ਜਾਏਗਾ ਇਸ ਤਕਰੀਬ ਦੇ ਦੌਰਾਨ કુલ 7 ਇਨਾਮ ਪੇਸ਼ ਕੀਆ ਜਾਏਗਾ ਕਾਬਿਲ ਜ਼ਿਕਰ ਹੈ ਜਿਉ ਇਨਾਮ ਤਕਸੀਮਕਾਰੀ ਪ੍ਰੋਗਰਾਮ ਹਰ ਸਾਲ 23 ਜਨਵਰੀ ਨੂੰ ਨਕਦ ਕਿਉ ਜਾਈ ਲੈਫਟਨੈਂਟ ਗਵਰਨਰ ਮਨੋਜ ਸਿਨਹਾ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਉਹਨਾਂ ਦਾ ਜਨਮ ਦਿਹਾੜਾ ਵਰਖਰਾ ਜਾ ਕੇ ਪੇਸ਼ ਕੀਤਾ ਹੈ ਉਹਨਾਂ ਦਾ ਜਨਮ ਦਿਹਾੜਾ ਨਾ ਅੱਜ ਪ੍ਰਾਕਰਮ ਦਿਵਸ ਕੇ ਤੌਰ ਮਨਾਇਆ ਜਾ ਰਿਹਾ ਹੈ ਇਸ ਮੌਕੇ ਪਰ ਐਲ ਜੀ ਬੋਸੂਫ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਕੌਮ ਵਾਸਤੇ ਖਿਦਮਤ ਯਾਦ ਕੀ ਲੈਫਟਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਉ ਜੇ ਭਾਰਤ ਦੀ ਜਦੋ ਜਹਦ ਆਜ਼ਾਦੀ ਮਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਕਿਰਦਾਰ ਵਾਸਤੇ ਹਮ ਉਹਨਾਂ ਦਾ ਕਰਜ਼ਦਾਰ ਹਾਂ ਉਹਨਾਂ ਨੇ ਕਿਹਾ ਜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਾਲੀਮਾਂ ਲਗਾਤਾਰ ਆਤੀ ਨਸਲਾਂ ਨਾਲ ਸਬਕ ਦਿੱਤੀ ਰਹੇਗੀ ਜੰਮੂ ਕਸ਼ਮੀਰ ਮਾਂ ਕੱਲ 6568 ਤਾਜ਼ਾ ਮਾਮਲਾ ਆਣ ਗੀ ਰਿਪੋਰਟ ਹੈ ਕੋਵਿਡ 19 ਦਾ ਇਨ ਸਜਨਾ ਮਾਮਲਾ ਮਾ 1875 ਜੰਮੂ ਜੱਤ ਕੇ 4693 ਮਾਮਲਾ ਕਸ਼ਮੀਰ ਡਿਵੀਜ਼ਨ ਤੇ ਬੰਦੇ ਆਏ ਆਇ ਇਨ ਤਾਜ਼ਾ ਮਾਮਲਾ ਕੀ ਵਜ੍ਹਾ ਨਾਲ ਜੰਮੂ ਕਸ਼ਮੀਰ ਮਕੂਲ ਮੂਸਮਤ ਮਾਮਲਾ ਕੀ ਗਿਣਤਰੀ 390999 ਹੋ ਗਈ ਜਿਨ ਵਿੱਚੋਂ 39113 ਮਾਮਲਾ ਜ਼ੇਰੇ ਇਲਾਜ ਹੈ ਇਸ ਇਸਲਾਮ 347238 कोविड-19 मरीज बल हो गए हैं कोविड-19 की वजह नाल हुई ताज़ा सात मौतاں नाल ਹੁਣ ਤੋੜੀ ਜੰਮੂ ਕਸ਼ਮੀਰ ਮਾ ਕੋਵਿਡ-19 ਦੀ ਵਜ੍ਹਾ ਨਾਲ 4598 ਲੋਕ ਮੌਤ ਕੋ ਸ਼ਿਕਾਰ ਹੋ ਚੁੱਕੇ ਹਨ ਇਸੇ ਦੌਰਾਨ ਮੁਲਕ ਮਾ ਪਿਛਲਾ 24 ਘੰਟਿਆਂ ਦੇ ਦੌਰਾਨ ਨੋਵਲ ਕੋਰੋਨਾ ਵਾਇਰਸ ਦਾ 333000 533 ਤਾਜ਼ਾ ਮਾਮਲਾ ਆਣ ਦੀ ਰਿਪੋਰਟ ਹੈ ਤੇ ਇਸ ਤਰ੍ਹਾਂ ਮੁਲਕ ਮਾ ਕੁੱਲ ਮੁਸਬਤ ਮਾਮਲਾਾਂ ਦੀ ਗਿਣਤਰੀ 23 ਕਰੋੜ 92 ਲੱਖ 37224 ਤੱਕ ਜਾਪੂਜੀ ਹੈ ਇਨ ਕੁਲ ਮਾਮਲਾ ਮਾ ਸੇਤੀਆ ਹੋ ਜਾਣ ਵਾਲਾ ਔਰ ਜ਼ੇਰੇ ਇਲਾਜ ਮਰੀਜ਼ ਵੀ ਸ਼ਾਮਲ ਹੈ ਇਸੇ ਅਰਸਾ ਮਾ 525 ਹੋਰ ਲੋਕ ਵਫਾਤ ਪਾ ਗਿਆ ਤੇ ਇਸ ਤਰ੍ਹਾਂ ਕੋਮੀ ਸਤਾ ਵਰ ਮਰਨ ਆਲਾ ਕੀ ਗਿਣਤੀ 4,99,409 ਹੋ ਗਈ ਹੈ ਮੁਲਕਗੀਰ ਟੀਕਾ ਕਰੀ ਮੁਹਿੰਮ ਦਾ ਸਿਲਸਿਲਾ ਮਾ ਹੁਣ ਤੱਕ 161 ਕਰੋੜ 81 ਲੱਖ ਕੋਵਿਡ ਟੀਕਾ ਖੁਰਾਕ ਦਿੱਤੀ ਜਾ ਚੁੱਕੀ ਹੈ ਵਜ਼ਾਰਤ ਸਿਹਤ ਨੇ ਕਿਹਾ ਹੈ ਜੀ काट लाख बाहठ हज़ार त मती टीका खुराक कल शाम तक दी जा चुकी थीं इं जम्मू कश्मीर मां पिछले 24 घंटा के दौरान चौती हज़ार चार सौ टीका खुराक दी गई इस गोजरी में खबर को यो बुलेटिन खत्म हुआ